ਸਾਡਾ ਹੱਕ ਨਹੀਂਗਾ ਵੀ ਅਸੀਂ ਕਿਸੇ ਨੂੰ ਗੁੰਮਰਾਹ ਕਰੀਏ ਭਾਵੇਂ ਅਮੀਰ ਆ ਜਾਂ ਗਰੀਬ ਆ ਨਾ ਕਿ ਜਿਹੜਾ ਸਰਕਾਰੀ ਡਾਕਟਰ ਆ ਉਹ ਬਾਹਰਲੇ ਮੈਡੀਕਲ ਸਟੋਰ ਦੀ ਆਪਦੀ ਇੱਛਾ ਅਨੁਸਾਰ ਬ੍ਰਾਂਡ ਨੇਮ ਦਵਾਈ ਦਾ ਨਹੀਂ ਲਿਖ ਸਕਦਾ ਜੇ ਸਰਕਾਰੀ ਕੁਰਸੀ ਤੇ ਬੈਠੇ ਆ ਤਾਂ ਅਸੀਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਪ੍ਰਮੋਟ ਕਰਨ ਲਈ ਨਹੀਂ ਬੈਠੇ ਜੇ ਸਰਕਾਰੀ ਹਸਪਤਾਲ 'ਚ ਇਦਾਂ ਐਮਰ ਆਉਂਦੇ ਆ ਤੇ ਇਹਦਾ ਸਾਫ਼-ਸਾਫ਼ ਮਤਲਬ ਆ ਵੀ ਅਦਾਲਤ 'ਚ ਕੁਝ ਕਾਲਾ ਹੈਗਾ ਸ਼ਸ਼ੀਗਾਲ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ अरोड़ा ਹਾਰਦਿਕ ਸਵਾਗਤ ਕਰਦਾ ਹਾਂ। ਦੋਸਤੋ ਤੁਹਾਡੀ ਮੁਲਾਕਾਤ ਅੱਜ ਅਸੀਂ ਡਾਕਟਰ ਹਰਮਨ ਨਾਲ ਕਰਨ ਜਾ ਰਹੇ ਜਿਨ੍ਹਾਂ ਦੁਆਰਾ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਵੀਡੀਓਜ਼ ਅਪਲੋਡ ਕਰਕੇ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੈ ਤਾਂ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਸਾਥ ਸਕਦੇ ਹੋ ਔਰ ਇਨ੍ਹਾਂ ਦੁਆਰਾ ਵੀਡੀਓ ਦੇ ਵਿੱਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਵੀ ਦੱਸੇ ਜਾਂਦੇ ਹਨ। ਸੋ ਸਾਡੇ ਨਾਲ ਡਾਕਟਰ ਹਰਮਨ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ ਪੰਜਾਬੀ ਨੈਸ਼ਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਹਾਂਜੀ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਜਿਸ ਤਰ੍ਹਾਂ ਅਸੀਂ ਵੀ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਕਿ ਤੁਸੀਂ ਵਕਫ ਵਕਫ ਬਿਮਾਰੀਆਂ ਦੇ ਜਿਹੜੇ ਨੇ ਉਹ ਇਲਾਜ ਦੱਸਦੇ ਹੋ ਲੋਕਾਂ ਨੂੰ ਆਪਣਾ ਕੰਟੈਕਟ ਨੰਬਰ ਵੀ ਦਿੰਦੇ ਹੋ ਔਰ ਸਮਾਂ ਵੀ ਦੱਸਦੇ ਹੋ ਕਿ ਇਸ ਇਸ ਸਮੇਂ ਤੋਂ ਲੈ ਕੇ ਇਸ ਸਮੇਂ ਦੇ ਵਿੱਚਕਾਰ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਆਪਣੀਆਂ ਰਿਪੋਰਟਸ ਮੈਨੂੰ ਸੈਂਡ ਕਰਕੇ ਉਸ ਦੀ ਮੈਡੀਸਿਨ ਵੀ ਮੇਰੇ ਕੋਲ ਪੁੱਛ ਸਕਦੇ ਹੋ ਤਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਤੁਹਾਡੇ ਅੰਦਰ ਇਹ ਜਜ਼ਬਾ ਕਿਸ ਤਰ੍ਹਾਂ ਪੈਦਾ ਹੋਇਆ ਕਿਉਂਕਿ ਅਕਸਰ ਅਸੀਂ ਜਿਹੜੇ ਡਾਕਟਰ ਦੇਖਦੇ ਹੈ ਉਹ ਤਾਂ ਜੇਕਰ ਅਸੀਂ ਸਰਕਾਰੀ ਹਸਪੀਟਲ ਦੀ ਗੱਲ ਕਰੀਏ ਤਾਂ ਉੱਥੇ ਤਾਂ ਕੁਝ ਪੇਸ਼ੈਂਟਸ ਦੀ ਇਹ ਵੀ ਕੰਪਲੀਟ ਹੁੰਦੀ ਹੈ ਕਿ ਡਾਕਟਰ ਸਾਨੂੰ ਸਹੀ ਤਰੀਕੇ ਨਾਲ ਜਾ ਕੇ ਸਾਡਾ ਟ੍ਰੀਟਮੈਂਟ ਨਹੀਂ ਕਰਦੇ ਜੇਕਰ ਅਸੀਂ ਉਹਨਾਂ ਨੂੰ ਕੋਈ ਮੁਸ਼ਕਲ ਦੱਸਦੇ ਆ ਤਾਂ ਉਹਦਾ ਸਹੀ ਤਰੀਕੇ ਦੇ ਨਾਲ ਉਹ ਕੋਈ ਹੱਲ ਨਹੀਂ ਦੱਸਦੇ ਦੇਖੋ ਜੀ ਮੇਰੀ ਤਾਂ ਸਭ ਤੋਂ ਮਤਲਬ ਮੇਰੀ ਪਹਿਲ ਇਹੀ ਰਹਿੰਦੀ ਵੀ ਮਰੀਜ਼ ਗਲਤ ਗਾਇਨਾ ਹੋਵੇ ਗੁਮਰਾਹ ਨਾ ਹੋਵੇ ਕਿਉਂਕਿ ਸਰਕਾਰੀ ਹਸਤਾਲਾਂ 'ਚ ਵੈਸੇ ਤਾਂ ਕਿਸੇ ਨੂੰ ਵੀ ਮਤਲਬ ਸਾਡਾ ਹੱਕ ਨਹੀਂਗਾ ਵੀ ਅਸੀਂ ਕਿਸੇ ਨੂੰ ਗਮਰਾਹ ਕਰੀਏ ਭਾਵੇਂ ਅਮੀਰ ਆ ਜਾਂ ਗਰੀਬ ਆ ਨਾ ਪਰ ਜ਼ਿਆਦਾਤਰ ਵੇਖੀ ਤਾਂ ਸਰਕਾਰੀ ਹਸਤਾਲਾਂ 'ਚ ਆਮ ਘਰਾਂ ਦੇ ਲੋਕ ਹੀ ਆਉਂਦੇ ਆ ਗਰੀਬ ਵਰਗ ਜ਼ਿਆਦਾ ਆਉਂਦਾ ਜੇ ਅਸੀਂ ਉਹਨਾਂ ਨੂੰ ਗਮਰਾਹ ਕਰਾਂਗੇ ਹਨਾ ਮੈਂ ਉਹਨਾਂ ਨੂੰ ਆਪਦੇ ਫਾਇਦਿਆਂ ਲਈ ਵਰਤੀ ਜਾਵਾਂ ਹਨਾ ਤੇ ਉਹ ਬੜੀ ਮਾੜੀ ਚੀਜ਼ ਆ ਸੋ ਮੇਰੀ ਵੱਤੋ ਵੱਤ ਇਹੀ ਹੁੰਦੀ ਆ ਵੀ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਜੇ ਮੈਂ ਮਤਲਬ ਡਿਊਟੀ ਤੋਂ ਬਾਅਦ ਵੀ ਘਰੇ ਵੀ ਚਲਾ ਜਾਣਾ ਤਾਂ ਮੇਰੀ ਕੋਸ਼ਿਸ਼ ਹੀ ਹੁੰਦੀ ਵੱਤੋ ਵੱਤ ਲੋਕਾਂ ਨੂੰ ਜੇ ਅਸੀਂ ਵਟਸਐਪ ਤੇ ਸੋਸ਼ਲ ਮੀਡੀਆ ਦੇ ਰਾਹ ਤੇ ਵੀ ਅਸੀਂ ਦਵਾਈਆਂ ਦੱਸ ਸਕਦੇ ਆ ਇਹਦੇ ਤਰੀਕੇ ਨਾਲ ਤਾਂ ਉਹ ਕੀਤਾ ਜਾਵੇ ਕਿਉਂ ਨਾ ਲੋਕਾਂ ਦੀ ਮਤਲਬ ਵੱਤੋ ਵੱਤ ਜਿੰਨੀ ਹੋ ਸਕੇ ਉਹਨੀ ਸੇਵਾ ਕੀਤੀ ਜਾਵੇ ਡਾਕਟਰ ਸਾਹਿਬ ਤੁਸੀਂ ਆਪਣੇ ਪੇਜ ਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਮੈਨੂੰ ਯਾਦ ਆ ਉਸ ਉੱਤੇ ਲਿਖਿਆ ਤੁਸੀਂ ਆਪਣੇ ਕਲੀਨਿੰਗ ਦੇ ਬਾਹਰ ਇੱਕ ਸਲਿੱਪ ਲਾਈ ਲਗਾਈ ਹੋਈ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਇੱਥੇ ਜਿਹੜੀਆਂ ਜਿਹੜੀਆਂ ਮਨੋਪਲੀ ਵਾਲੀ ਮੈਡੀਸਿਨਸ ਹੈਗੀਆਂ ਨੇ ਉਹ ਨਹੀਂ ਲਿਖੀਆਂ ਜਾਂਦੀਆਂ ਬਾਹਰਲੇ ਮੈਡੀਕਲ ਸਟੋਰ ਨਹੀਂ ਹਾਂਜੀ 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 ਉਹ ਮੈਂ ਲਿਖਿਆ ਸੀ ਵੀ ਇੱਥੇ ਬਾਹਰਲੇ ਮੈਡੀਕਲ ਸਟੋਰਾਂ ਦੀ ਦਵਾਈ ਨਹੀਂ ਲਿਖੀ ਜਾਂਦੀ ਸਾਰੀਆਂ ਸਤਲੰਦਰੋਂ ਫ੍ਰੀ ਮਿਲਦੀਆਂ ਦੇਖੋ ਜੀ ਇਹ ਲਿਖਣ ਦਾ ਮਕਸਦ ਇਹ ਹੀ ਸੀਗਾ ਵੀ ਲੋਕ ਵੱਤਵਾਦ ਅਵੇਅਰ ਹੋਣ ਵੀ ਇੱਕ ਜਿਹੜਾ ਸਰਕਾਰੀ ਡਾਕਟਰ ਆ ਉਹ ਬਾਹਰਲੇ ਮੈਡੀਕਲ ਸਟੋਰ ਦੀ ਆਪਦੀ ਇੱਛਾ ਅਨੁਸਾਰ ਬ੍ਰਾਂਡ ਨੇਮ ਦਵਾਈ ਦਾ ਨਹੀਂ ਲਿਖ ਸਕਦਾ ਮਤਲਬ ਇਹ ਸਾਨੂੰ ਕਾਨੂੰਨਨ ਤੌਰ ਤੇ ਵੀ ਰੋਕ ਹੈਗੀ ਇਸ ਚੀਜ਼ 'ਚ ਜਿਹੜੀ ਰੂਲਿੰਗ ਕਹਿੰਦੀ ਹੈ ਸਰਕਾਰ ਦੀ ਉਹ ਵੀ ਸਾਨੂੰ ਮਨਾਹੀ ਹੈ ਵੀ ਅਸੀਂ ਬ੍ਰਾਂਡ ਨੇਮ ਨਹੀਂ ਲਿਖ ਸਕਦੇ ਕਿਸੇ ਦਵਾਈ ਦਾ ਅਸੀਂ ਸਿਰਫ ਉਹ ਦਵਾਈ ਦਾ ਸਾਲਟ ਲਿਖ ਸਕਦੇ ਹਾਂ ਉਹ ਜੇ ਦਵਾਈ ਅੰਦਰ ਮੌਜੂਦ ਆ ਹਸਪਤਾਲੇ ਦੇ ਤਾਂ ਬਹੁਤ ਵਧੀਆ ਗੱਲ ਆ ਪਰ ਜੇ ਅੰਦਰ ਨਹੀਂ ਗਈ ਤਾਂ ਉਹ ਮਰੀਜ਼ ਆਪਦੇ ਹਿਸਾਬ ਨਾਲ ਸਸਤੀ ਕਿਤੋਂ ਵੀ ਖਰੀਦ ਸਕਦਾ ਹੈ ਜਾਂ ਕਹਿ ਲਓ ਵੀ ਜੇ ਇੱਥੋਂ ਨਹੀਂ ਮਿਲੀ ਛੋਟੇ ਹਸਪਤਾਲ ਤਾਂ ਤਾਂ ਉਹ ਸਿਵਲ ਹਸਪਤਾਲ 'ਚ ਜਾ ਕੇ ਵੀ ਉਹ ਦਵਾਈ ਲੈ ਸਕਦਾ ਸੋ ਜੇ ਅਸੀਂ ਮਰੀਜ਼ ਤੇ ਥੋਪ ਦਈਏ ਵੀ ਆਹ ਪਾਰਟਿਕੂਲਰ ਬ੍ਰਾਂਡ ਨੇਮ ਇਹੀ ਦਵਾਈ ਆ ਤੂੰ ਫਲਾਣੇ ਮੈਡੀਕਲ ਸਟੋਰ ਤੋਂ ਹੀ ਲੈਣੀ ਆ ਉਹ ਚੀਜ਼ ਬੜੀ ਗਲਤ ਆ ਉਹ ਚੀਜ਼ ਬੜੀ ਮਾੜੀ ਆ ਸੋ ਮੇਰਾ ਮਨ ਇਹ ਚੀਜ਼ਾਂ ਤੋਂ ਮੰਨਿਆ ਨਹੀਂ ਇਹ ਕਰਨ ਨੂੰ ਸੋ ਮੈਂ ਤਾਂ ਹੀ ਆਵਾਜ਼ ਚੁੱਕੀ ਸੀ ਵੀ ਲੋਕ ਵੱਤ ਤੋਂ ਅਵੇਅਰ ਹੋਣ ਉਹਨਾਂ ਨੂੰ ਪਤਾ ਲੱਗੇ ਵੀ ਉਹਨਾਂ ਦੀ ਲੁੱਟ ਕਿੱਥੇ ਹੋ ਰਹੀ ਆ ਤੇ ਉਹ ਕਿਵੇਂ ਬਚ ਸਕਦੇ ਇਹ ਚੀਜ਼ ਤੋਂ ਇਸ ਕਰਕੇ ਮੈਂ ਆਵਾਜ਼ ਚੁੱਕੀ ਸੀ ਹਾਂਜੀ ਡਾਕਟਰ ਸਾਹਿਬ ਮੈਂ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਮੋਨੋਪੋਲੀ ਵਰਡ ਯੂਜ਼ ਕੀਤਾ ਮੈਂ ਚਾਹਵਾਂਗਾ ਕਿ ਤੁਸੀਂ ਦਰਸ਼ਕਾਂ ਨੂੰ ਮੋਨੋਪੋਲੀ ਵਰਡ ਦਾ ਮਤਲਬ ਵੀ ਸਮਝਾਓ ਕਿ ਇੱਕ ਡਾਕਟਰ ਦੁਆਰਾ ਜਿਹੜੀ ਮੈਡੀਸਿਨ ਲਿਖੀ ਜਾਂਦੀ ਆ ਉਹ ਮੈਡੀਸਿਨ ਸਿਰਫ ਉਸ ਹੀ ਮੈਡੀਕਲ ਸਟੋਰ ਤੋਂ ਮਿਲਣੀ ਆ ਜਿਸ ਮੈਡੀਕਲ ਸਟੋਰ ਦੇ ਉੱਤੇ ਉਹ ਮੈਡੀਸਿਨ ਪਈ ਹੋਈ ਆ ਅਦਰ ਕਿਸੇ ਵੀ ਮੈਡੀਕਲ ਸਟੋਰ ਤੇ ਚਲ ਜਾਈਗਾ ਉਹ ਕੰਪਨੀ ਉਹ ਬ੍ਰਾਂਡ ਨਹੀਂ ਮਿਲਣਾ ਦੇਖੋ ਜੀ ਇੱਕ ਸਰਕਾਰੀ ਡਾਕਟਰ ਤਾਂ ਪਹਿਲੀ ਤਾਂ ਗੱਲ ਹੈ ਕਿ ਸੇਵਾਦਾਰ ਹੁੰਦਾ ਏ ਠੀਕ ਆ ਜੀ ਅਸੀਂ ਜੇ ਸਰਕਾਰੀ ਕੁਰਸੀ ਤੇ ਬੈਠੇ ਆ ਤਾਂ ਸੀ ਕਿਸੇ ਪ੍ਰਾਈਵੇਟ ਕੰਪਨੀ ਨੂੰ ਪ੍ਰਮੋਟ ਕਰਨ ਲਈ ਨਹੀਂ ਬੈਠੇ ਹਨਾ ਜੀ ਅਸੀਂ ਸਿਰਫ ਲੋਕਾਂ ਦੀ ਸੇਵਾ ਲਈ ਬੈਠੇ ਆ ਕਿਉਂਕਿ ਸਾਨੂੰ ਇਸ ਕੰਮ ਲਈ ਸਰਕਾਰ ਤਨਖਾਹ ਦਿੰਦੀ ਹੈ ਨਾ ਤੇ ਜੇ ਅਸੀਂ ਇੱਥੇ ਬੈਠੇ ਆ ਤਾਂ ਅਸੀਂ ਸਿਰਫ ਸੇਵਾ ਲਈ ਬੈਠੇ ਆ ਜੇ ਅਸੀਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਪ੍ਰਮੋਟ ਕਰ ਰਹੇ ਆ ਉਹਦੇ ਬ੍ਰਾਂਡ ਨੇਮ ਲਿਖ ਰਹੇ ਆ ਤਾਂ ਇਹਦਾ ਸਾਫ ਸਾਫ ਮਤਲਬ ਹੈ ਸ਼ਾਇਦ ਹੁਣ ਤੱਕ ਸਾਰੇ ਲੋਕਾਂ ਨੂੰ ਪਤਾ ਲੱਗ ਹੀ ਗਿਆ ਵੀ ਇਹਦੇ ਪਿੱਛੇ ਇਹਦਾ ਸਾਫ ਸਾਫ ਮਤਲਬ ਹੈ ਵੀ ਦਵਾਈ ਲਿਖਣ ਵਾਲੇ ਬ੍ਰਾਂਡ ਨੇਮ ਲਿਖਣ ਵਾਲੇ ਡਾਕਟਰ ਦਾ ਇਸ ਦਵਾਈ ਦੇ ਵਿੱਚ ਕਮਿਸ਼ਨ ਸੋ ਇਹ ਚ ਕੋਈ ਦੋ ਰਾਹ ਨਹੀਂ ਇਹ ਗੱਲ ਚ ਹੈਗੇ ਸੋ ਪਹਿਲੀ ਤਾਂ ਗੱਲ ਜਿਹੜਾ ਸਰਕਾਰੀ ਡਾਕਟਰ ਹੁੰਦਾ ਉਹਨੂੰ ਕੋਈ ਅਧਿਕਾਰ ਨਹੀਂਗਾ ਕਿਸੇ ਬ੍ਰਾਂਡ ਨੇਮ ਲਿਖਣ ਦਾ ਨਾ ਹੀ ਜੇ ਪ੍ਰਾਈਵੇਟ ਕੰਪਨੀ ਦਾ ਕੋਈ ਐਮ ਆਰ ਉਹ ਸਰਕਾਰੀ ਅਦਾਰੇ ਚ ਆ ਕੇ ਇੰਟਰਫੇਅਰ ਕਰ ਸਕਦਾ ਏ ਕਿਸੇ ਸਰਕਾਰੀ ਡਾਕਟਰ ਕੋਲ ਆ ਕੇ ਬੈਠ ਸਕਦਾ ਜੇ ਉਹ ਮਤਲਬ ਤੁਸੀਂ ਦੇਖਿਆ ਕਿਸੇ ਜੇ ਸਰਕਾਰੀ ਹਸਪਤਾਲ ਚ ਇਦਾਂ ਐਮ ਆਰ ਆਉਂਦੇ ਆ ਤੇ ਇਹਦਾ ਸਾਫ ਸਾਫ ਮਤਲਬ ਆ ਵੀ ਅਦਾਲਤ ਚ ਕੁਝ ਕਾਲਾ ਹੈਗਾ ਸੋ ਇਹ ਇਤਿਹਾ ਲੋਕਾਂ ਨੂੰ ਪਤਾ ਹੋਣੀ ਚਾਹੀਦੀਆਂ ਲੋਕ ਅਵੇਅਰ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਨੂੰ ਆਪਦੇ ਹੱਕਾਂ ਦਾ ਜਿੰਨਾ ਚਿਰ ਪਤਾ ਨਹੀਂ ਲੱਗੂਗਾ ਤਾਂ ਉਹਨਾਂ ਦੀ ਲੁੱਟ ਹੋਣੀ ਲਾਜ਼ਮੀ ਆ ਸੋ ਉਹਨਾਂ ਨੂੰ ਆਪਦੇ ਹੱਕ ਪਤਾ ਹੋਣੇ ਚਾਹੀਦੇ ਵੀ ਇਹ ਜੇ ਪ੍ਰਾਇਮਰੀ ਹੈਲਥ ਸੈਂਟਰ ਆ ਤਾਂ ਇੱਥੇ ਕਿਹੜੀਆਂ-ਕਿਹੜੀਆਂ ਸੁਵਿਧਾਵਾਂ ਐ ਕੀ-ਕੀ ਇੱਥੇ ਮਤਲਬ ਸੇਰ ਸਹੂਲਤਾਂ ਮਿਲ ਰਹੀਆਂ ਐ ਜੇ ਇੱਥੇ ਨਹੀਂ ਮਿਲ ਰਹੀਆਂ ਤਾਂ ਹੋਰ ਇਸ ਤੋਂ ਵੱਧ ਕਿਹੜੇ ਵੱਡੇ ਸਿਵਲ ਹਸਪਤਾਲ ਚ ਸਰਕਾਰੀ ਚ ਉਹਨਾਂ ਨੂੰ ਉੱਥੇ ਇਸ ਤੋਂ ਵੱਧ ਉੱਥੇ ਮਿਲ ਲਗੀਆਂ ਜਾਂ ਉਸ ਤੋਂ ਬਾਅਦ ਮੈਡੀਕਲ ਕਾਲਜ ਚ ਮਿਲਣੀਆਂ ਸੋ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਪਤਾ ਹੋਣਾ ਚਾਹੀਦੀਆਂ ਤਾਂ ਜੋ ਕੋਈ ਵੀ ਉਹਨਾਂ ਨੂੰ ਆਪਦੇ ਫਾਇਦੇ ਲਈ ਵਰਤ ਨਾ ਸਕੇ ਕਹਿਣ ਦਾ ਭਾਵ ਜੇ ਮੇਰੇ ਕੋਲ ਕੋਈ ਮਰੀਜ਼ ਆਇਆ ਜੇ ਮੈਂ ਉਹਨੂੰ ਆਪਦੇ ਮਤਲਬ ਮਨਛਾ ਦੇਣਾ ਕੋਈ ਮੇਰੀ ਗਲਤ ਮਨਛਾ ਮੈਂ ਉਹਨੂੰ ਪ੍ਰਾਈਵੇਟ ਚ ਰੈਫਰ ਕਰਦਾ ਜਿੱਥੇ ਕਹਿ ਲਓ ਵੀ ਕਹਿ ਲਓ ਵੀ ਮੇਰਾ ਟਾਈ ਅਪ ਹੋਵੇ ਮੈਂ ਰੈਫਰ ਕਰਦਾ ਮੈਂ ਉਹਨਾਂ ਨੇ ਮੈਨੂੰ ਕਿਹਾ ਹੋਵੇ ਸਾਨੂੰ ਮਰੀਜ਼ ਭੇਜੇ ਭੇਜੋ ਡਾਕਟਰ ਤੇ ਇਨਾ ਮਤਲਬ ਉਹ ਮਰੀਜ਼ ਦੀ ਲੁੱਟ ਕਰਨ ਚ ਮੇਰਾ ਸਭ ਤੋਂ ਵੱਡਾ ਮੇਰਾ ਹੱਥ ਆ ਸੋ ਮੈਂ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਚ ਰੈਫਰ ਨਹੀਂ ਕਰ ਸਕਦਾ ਜੇ ਮਤਲਬ ਮੇਰਾ ਜ਼ਮੀਰ ਤਾਂ ਨਹੀਂ ਮੰਨਦਾ ਨਾ ਹੀ ਮੈਂ ਅਜੇ ਤੱਕ ਕੀਤਾ ਏ ਸੋ ਮਰੀਜ਼ਾਂ ਨੂੰ ਵੱਧ ਤੋਂ ਵੱਧ ਪਤਾ ਹੋਣਾ ਚਾਹੀਦਾ ਵੀ ਕਿੱਥੇ ਉਹਨਾਂ ਨਾਲ ਗਲਤ ਹੋ ਰਿਹਾ ਕਿੱਥੇ ਉਹਨਾਂ ਨਾਲ ਸਹੀ ਹੋ ਰਿਹਾ ਤਾਂ ਉਹ ਸਵਾਲ ਕਰ ਸਕਣ ਵੀ ਡਾਕਟਰ ਸਾਹਿਬ ਵੀ ਪ੍ਰਾਈਵੇਟ ਚ ਕਿਉਂ ਭੇਜ ਰਹੇ ਆ ਕੀ ਇਹ ਸਿਹਤ ਸਹੂਲਤਾਂ ਜਿਹੜੀਆਂ ਤੁਸੀਂ ਜਿੰਨਾ ਖਾਤਰ ਸਾਨੂੰ ਆ ਫਲਾਨੇ ਹਸਪਤਲ ਰੈਫਰ ਕਰ ਰਹੇ ਕਿ ਇਹ ਸਿਵਲ ਚ ਨਹੀਂ ਮਿਲ ਰਹੀਆਂ ਸਿਵਲ ਹਸਪਤਲ ਚ ਕੀ ਇਹ ਮੈਡੀਕਲ ਕਾਲਜ ਵਿੱਚ ਨਹੀਂ ਮਿਲ ਰਹੀਆਂ ਸੋ ਉਹਨਾਂ ਨੂੰ ਅਵੇਅਰਨੈਸ ਹੋਣੀ ਉਹਨਾਂ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਇਸ ਚੀਜ਼ ਦੀ ਡਾਕਟਰ ਸਾਹਿਬ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਐਮਰ ਦੀ ਜਦੋਂ ਐਮਰ ਡਾਕਟਰ ਕੋ ਜਾਂਦੇ ਆ ਜਾ ਕੇ ਉਹ ਆਫਰਸ ਦਿੰਦੇ ਨੇ ਕਿ ਡਾਕਟਰ ਸਾਹਿਬ ਜੇਕਰ ਤੁਸੀਂ ਇਸ ਕੰਪਨੀ ਦੀ ਮੈਡੀਸਿਨ ਸੇਲ ਕਰੋਗੇ ਤੁਹਾਨੂੰ ਯੂਰਪ ਦਾ ਟੂਰ ਮਿਲੇਗਾ ਜਾਂ ਤੁਹਾਨੂੰ ਐਕਐਸਯੂਵੀ ਆਲ ਹੀ ਮਿਲੇਗੀ ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਆਫਰਜ਼ ਦਿੱਤੀਆਂ ਜਾਂਦੀਆਂ ਹੈ ਕੀ ਸਚਾਈ ਹੈ ਦੇਖੋ ਜੀ ਪਹਿਲੀ ਗੱਲ ਮੈਨੂੰ ਜਿਹੜੇ 3-4 ਸਾਲ ਹੋ ਗਏ ਨੌਕਰੀ 'ਚ ਆਇਆ ਨੂੰ ਮੈਂ ਅੱਜ ਤੱਕ ਕਿਸੇ ਮਤਲਬ ਪਾਰਟਿਕੂਲਰ ਦਵਾਈ ਦਾ ਪਹਿਲੀ ਕੋਈ ਬ੍ਰਾਂਡ ਨੇਮ ਨਹੀਂ ਅੱਜ ਤੱਕ ਲਿਖਿਆ ਮੈਂ ਮਤਲਬ ਉਸ ਪਰਮਾਤਮਾ ਤੋਂ ਡਰ ਕੇ ਨੌਕਰੀ ਕੀਤੀ ਆ ਅੱਜ ਤੱਕ ਮੈਂ ਬਾਹਰ ਦੀ ਕੋਈ ਦਵਾਈ ਨਹੀਂ ਲਿਖੀ ਜੇ ਲੋੜ ਵੀ ਪੈਂਦੀ ਸਾਲਟ ਨੇਮ ਲਿਖ ਦਈਦਾ ਸੋ ਮੇਰਾ ਰਾਬਤਾ ਨਹੀਂ ਰਿਹਾ ਇਹਨਾਂ ਚੀਜ਼ਾਂ ਨਾਲ ਬਾੜ ਲੀਆਂ ਪ੍ਰਾਈਵੇਟ ਕੰਪਨੀਆਂ ਨਾਲ ਸੋ ਮੈਨੂੰ ਇਸ ਚੀਜ਼ ਬਾਰੇ ਪਤਾ ਨਹੀਂ ਵੀ ਉਹ ਕੀ ਕੀ ਆਫਰ ਕਰਦੇ ਆ ਜਾਂ ਕੀ ਹਨਾ ਕੀ ਕਿਸ ਤਰੀਕੇ ਦਾ ਕਮਿਸ਼ਨ ਸਿਸਟਮ ਹੁੰਦਾ ਸੋ ਕਹਿਣ ਦਾ ਭਾਵ ਮੈਨੂੰ ਇਹ ਚੀਜ਼ਾਂ ਬਾਰੇ ਜ਼ਿਆਦਾ ਨੌਲੇਜ ਨਹੀਂ ਕਿਉਂਕਿ ਮੇਰਾ ਰਾਬਤਾ ਰਿਹਾ ਨਹੀਂ ਇਹਨਾਂ ਚੀਜ਼ਾਂ ਨਾਲ ਡਾਕਟਰ ਸਾਹਿਬ ਜਿਹਦੇ ਮੌਜੂਦਾ ਦੀ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾ ਦੇਸ਼ ਦੇ ਵਿੱਚ ਤਕਰੀਬਨ 10% ਜੋ ਲੋਕ ਨੇ ਉਹ 슈ગર ਨਾਲ ਮੀੜਨ ਨੇ ਕੀ ਕਾਰਨ ਆ ਕਿ ਇੰਨੇ ਵੱਧ ਪਰਸੈਂਟੇਜ ਲੋਕਾਂ ਨੂੰ ਜਿਹੜੀ ਆ 슈ગર ਹੋ ਚੁੱਕੀ ਆ 슈ગર ਹੋਣ ਦੇ ਕੀ ਕਾਰਨ ਨੇ ਉਹ ਰਿਸਤਾ ਇਲਾਜ ਕੀ ਹੈ ਦੇਖੋ ਜੀ 슈ગર ਹੋਣ ਦਾ ਸਭ ਤੋਂ ਵੱਡਾ ਕਾਰਨ ਤਾਂ ਇਹ ਹੀ ਆ ਵੀ ਸਾਡੇ ਜਿਹੜਾ ਸਾਡਾ ਇੱਕ ਤਾਂ ਸਾਡਾ ਜਿਹੜਾ ਖਾਣਾ-ਦਾਣਾ ਬਹੁਤ ਹੈਵੀ ਹੋ ਗਿਆ ਹੈ ਹਨਾ ਜੀ ਦੂਜਾ ਬਾਕੀ ਜਿਹੜੇ ਲੋਕ ਜ਼ਿਆਦਾ ਸ਼ਰਾਬ ਪੀਂਦੇ ਆ ਹਨਾ ਉਹਨਾਂ ਨੂੰ ਵੀ 슈ગર ਦੀ ਬਿਮਾਰੀਆਂ ਆਂਦੀ ਸਭ ਤੋਂ ਮੇਨ ਕਾਰਨ ਹੈਗਾ ਜੈਨਟਿਕ ਮਤਲਬ ਜੇ ਸਾਡੇ ਪਿਓ ਦਾਦਿਆਂ ਨੂੰ ਸੀਗਾ ਸਾਡੇ ਭੈਣ ਭਰਾ ਜੋ ਕਿਸੇ ਨੂੰ ਸੀ ਤਾਂ ਸਾਨੂੰ 슈ਗਰ ਹੋਣੀ ਹੋਣੀ ਆ ਸੋ ਜੇ ਸਾਡੇ ਪਰਿਵਾਰ ਚ ਕਿਸੇ ਨੂੰ 슈ਗਰ ਹੈਗੀ ਆ ਤਾਂ ਸਾਨੂੰ ਸ਼ੁਰੂ ਤੋਂ ਹੀ ਪ੍ਰਹੇਜ ਰੱਖਣਾ ਚਾਹੀਦਾ ਏ ਸੋ ਮਤਲਬ ਕਹਿੰਦਾ ਭਾਵ 슈ਗਰ ਦੇ ਬਾਕੀ ਕੁਝ ਕੁ ਈਡਿਓਪੈਥਿਕ ਕਾਰਨ ਵੀ ਹੁੰਦੇ ਜਿਨ੍ਹਾਂ ਦਾ ਪਤਾ ਹੀ ਨਹੀਂ ਕਈ ਵਾਰੀ ਜਿਆਦਾ ਸਟੀਰੋਇਡ ਲੈਣ ਨਾਲ ਵੀ ਸਾਡਾ ਜਿਹੜਾ ਪੈਂਕਰੀਆ ਏ ਕਿਉਂਕਿ ਇਨਸੂਲਿਨ ਸਾਡਾ ਪੈਂਕਰੀਆ ਨਹੀਂ ਬਣਾਉਣਾ ਉਹਦੇ ਤੇ ਅਸਰ ਪਿਆ ਜਾਂਦਾ ਉਹ ਖਰਾਬ ਹੋ ਜਾਂਦਾ ਉਹਦੇ ਕਰਕੇ ਵੀ ਸਾਨੂੰ 슈ਗਰ ਹੋ ਜਾਂਦੀ ਆ ਤਾਂ ਡਾਕਟਰ ਸਾਹਿਬ ਜੇਕਰ ਕਿਸੇ ਨੂੰ 슈ਗਰ ਹੋ ਜਾਂਦੀ ਆ ਤਾਂ ਉਸ ਨੂੰ ਕੀ ਇਸ ਦਾ ਹੱਲ ਕੀ ਕਰਨਾ ਚਾਹੀਦਾ ਇਲਾਜ ਕੀ ਹੈ ਇਸ ਦਾ ਬਾਕੀ 슈ਗਰ ਹੋਣ ਦਾ ਸਭ ਤੋਂ ਵੱਡਾ ਕਾਰਨ ਸਟ्रेस ਵੀ ਆ ਇਹ ਵੀ ਸਾਡੇ ਮਤਲਬ ਸਟ्रेस ਜਦੋਂ ਹੁੰਦਾ ਕੋਰਟੀਸੋਲ ਨਾਂ ਦਾ ਪਦਾਰਥ ਵਧਦਾ ਸਾਡੇ ਸਰੀਰ ਜਿੱਦਣ ਸਾਡੇ ਸਰੀਰ 'ਚ 슈ਗਰ ਦਾ ਲੈਵਲ ਵਧਦਾ ਇਨਸੂਲਿਨ ਦਾ ਘਟਦਾ ਜਦੋਂ ਵਾਰ-ਵਾਰ ਅਸੀਂ ਸਟ्रेस ਲੈਂਦੇ ਆ ਤਾਂ ਉਹ ਸਾਡੇ ਮਤਲਬ ਪੈਂਕਰੀਆ ਤੇ ਵੀ ਮਾੜਾ ਪ੍ਰਭਾਵ ਪਾਉਂਦਾ ਸਟ्रेस ਲੈਵਲ ਸੋ ਸਾਨੂੰ ਸਟ੍ਰੈਸ ਤੋਂ ਵੀ ਮਤਲਬ ਯੋਗਾ ਮੈਡੀਟੇਸ਼ਨ ਕਰਕੇ ਤੋਂ ਮਤਲਬ ਨਜਾਤ ਕਹਿਣ ਦਾ ਭਾਵ ਜੇ ਅਸੀਂ ਸਟ੍ਰੈਸ ਘੱਟ ਲਾਵਾਂਗੇ ਤਾਂ 슈ਗਰ ਆਉਣ ਦੇ ਚਾਂਸ ਬਹੁਤ ਘੱਟ ਜਾਂਦੇ ਆ ਬਾਕੀ 슈ਗਰ ਤੋਂ ਜ਼ਿਆਦਾਤਰ ਅਸੀਂ ਮੈਟਫੋਰਮਿਨ ਹੀ ਦਿੰਨੇ ਆ ਤੇ ਮੈਟਫੋਰਮਿਨ ਗੋਲੀ ਦਾ ਕੀ ਕੰਮ ਹੁੰਦਾ ਵੀ ਜਿਹੜੇ ਇਨਸੂਲਿਨ ਦੇ 슈ਗਰ ਮੈਟਫੋਰਮਿਨ ਗੋਲੀ ਕਰਦੀ ਕੀ ਆ ਇਨਸੂਲਿਨ ਕੀ ਕਰਦਾ ਹੈ ਸਾਡੇ ਸਰੀਰ 'ਚ 슈ਗਰ ਲੈਵਲ ਨੂੰ ਡਾਊਨ ਕਰਦਾ ਉਹਨੂੰ ਕੰਟਰੋਲ ਕਰਦਾ ਕਿਵੇਂ ਕਰਦਾ ਏ ਸਾਡੀਆਂ ਮਾਸਪੇਸ਼ੀਆਂ 'ਚ ਇਨਸੂਲਿਨ ਦੇ ਰਿਸੈਪਟਰ ਹੁੰਦੇ ਆ ਕਹਿਣ ਦਾ ਭਾਵ ਕੁਝ ਥਾਵਾਂ ਹੁੰਦੀਆਂ ਜਿਨ੍ਹਾਂ ਤੇ ਜਾ ਕੇ ਇਨਸੂਲਿਨ ਲੱਗਦਾ ਏ ਉਸ ਤੋਂ ਬਾਅਦ ਉਹ ਕੰਮ ਸ਼ੁਰੂ ਹੁੰਦਾ ਸ਼ੂਗਰ ਨੂੰ ਡਾਊਨ ਕਰਨ ਦਾ ਪਰ ਕੁਝ ਕਾਰਨ ਬਣਦੇ ਜਿਨ੍ਹਾਂ ਕਰਕੇ ਉਹ ਥਾਵਾਂ ਸਾਡੀਆਂ ਖਰਾਬ ਹੋ ਜਾਂਦੀਆਂ ਏ ਸਾਡਾ ਲਾਈਫ ਸਟਾਈਲ ਹੀ ਕਹਿ ਲੋ ਖਾਣਾ-ਦਾਣਾ ਕਹਿ ਲੋ ਜਾਂ ਜਿਆਦਾ ਅਸੀਂ ਸ਼ਰਾਬ ਕਈ ਲੋਕ ਜਿਹੜੇ ਜਿਆਦਾ ਪੀਂਦੇ ਹਨਾ ਉਹ ਥਾਵਾ ਖਰਾਬ ਹੋ ਜਾਂਦੀਆਂ ਜਿਨ੍ਹਾਂ ਕਰਕੇ ਇਨਸਾਨ ਨੂੰ 슈ਗਰ ਹੋ ਜਾਂਦੀ ਆ ਤੇ ਜਿਹੜੀ ਮੈਟਫਾਰਮਿਨ ਦੀ ਗੋਲੀ ਆ ਉਹ ਘਟੋ ਘਟ 12 ਘੰਟੇ ਦੇ ਲਈ ਉਹ ਥਾਵਾ ਨੂੰ ਐਕਟੀਵੇਟ ਕਰ ਦਿੰਦੀ ਆ ਤਾਂ ਉਹ 12 ਘੰਟੇ ਦੇ ਲਈ ਸਾਡਾ 슈ਗਰ ਲੈਵਲ ਸਹੀ ਲੈਵਲ ਤੇ ਆ ਜਾਂਦਾ ਸਾਡਾ 슈ਗਰ ਸੋ ਹੁਣ ਜੇ ਇਹੀ ਜਿਹੜਾ ਗੋਲੀ ਕੰਮ ਕਰਦੀ ਆ ਉਹ ਅਸੀਂ ਕਸਰਤਾਂ ਵੀ ਕਰ ਸਕਦੇ ਆ ਜੇ ਅਸੀਂ ਰੋਜ਼ਾਨਾ ਘਟੋ ਘਟ 40 ਮਿੰਟ ਵਰਜਸ਼ ਕਰੀਏ ਪੂਰਾ ਪਸੀਨਾ ਵਹਾਈਏ ਤਾਂ ਜਿਹੜੇ ਉਹ ਇਨਸੂਲਿਨ ਦੇ ਜਿਹੜੇ ਰਿਸੈਪਟਰ ਆ ਉਹ ਥਾਵਾ ਜਿਨ੍ਹਾਂ ਤੇ ਆ ਕੇ ਇਨਸੂਲਿਨ ਨੇ ਲੱਗਣਾ ਏ ਉਹਦਾ ਕੰਮ ਸ਼ੁਰੂ ਕਰਨਾ ਹੈ ਤੇ ਸ਼ੂਗਰ ਦਾ ਲੈਵਲ ਡਾਊਨ ਕਰਨਾ ਉਹ 12 ਘੰਟੇ ਦੀ ਗੋਲੀ ਕਰਦੀ ਆ ਤਾਂ ਜਿਹੜਾ ਕਸਰਤਾ ਇਹੀ ਕੰਮ ਨੂੰ ਉਹ ਘਟੋਕ 18 ਘੰਟੇ ਦੇ ਲਈ ਐਕਟੀਵੇਟ ਕਰ ਦਿੰਦੀ ਹੈ ਇنسੂਲਿਨ ਰਿਸੈਪਟਰਾਂ ਨੂੰ ਸੋ ਜਿਹੜੇ ਲੋਕ ਰੋਜ਼ਾਨਾ ਵਰਜਿਸ਼ ਕਰ ਰਹੇ ਆ 40-40 ਮਿੰਟ ਤਾਂ ਉਹਨਾਂ ਦੀ ਗੋਲੀ ਵੀ ਛੱਡੀ ਜਾਂਦੀ ਆ ਮਤਲਬ ਇਦਾਂ ਦੇ ਵੀ ਮਰੀਜ਼ ਹੈਗੇ ਜਿਨ੍ਹਾਂ ਦੀ ਗੋਲੀ ਵੀ ਛੁੱਟ ਗਈ ਮੈਟਫੋਰਮਿਨ ਦੀ ਪਰ ਇਹਦੇ ਲਈ ਸਾਡੀ ਮਤਲਬ ਦਿਲ ਨੂੰ ਪੂਰਾ ਫਿੱਟ ਹੋਣਾ ਚਾਹੀਦਾ ਸਾਡਾ ਦਿਲ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ECG ਨੋਰਮਲ ਹੋਣੀ ਚਾਹੀਦੀ ਹੈ ਇਹਦੀ ਆ ਕੰਡੀਸ਼ਨ ਹੈਗੀ ਆ ਡਾਕਟਰ ਸਭ ਗੱਲ ਕਰਾਂਗੇ ਮੋਟਾਪੇ ਦੀ ਅਕਸਰ ਦੇਖਿਆ ਜਾਂਦਾ ਹੈ ਜਿਹੜੇ ਪੰਜਾਬੀ ਨੇ ਆਂਦੇ ਉਹਨਾਂ ਦਾ ਪੇਟ ਜਿਹੜਾ ਬਾਹਰ ਹੀ ਦਿਖਾਈ ਦਿੰਦਾ ਹੈ ਕੀ ਕਾਰਨ ਹੈ ਜ਼ਿਆਦਾ ਮੋਟਾਪਾ ਹੋਣ ਦਾ ਉਹ ਰਿਸਤਾ ਜਿਹੜਾ ਪ੍ਰੇਜ਼ ਕੀ ਕੀ ਕਰਨੀ ਚਾਹੀਦੀ ਹੈਗੇ ਉਹ ਰਿਸਤਾ ਕੀ ਹੱਲ ਮੋਟਾਪਾ ਦੇਖੋ ਜੀ ਮੋਟਾਪੇ ਦਾ ਸਭ ਤੋਂ ਪਹਿਲਾ ਕਾਰਨ ਤਾਂ ਹੈਗਾ ਜਿਹੜਾ ਅਸੀਂ ਕੈਲਰੀਜ਼ ਲੈਨੇ ਆ ਲੋੜ ਤੋਂ ਵੱਧ ਜਿਹੜਾ ਅਸੀਂ ਭੋਜਨ ਖਾਣੇ ਆ ਤੇ ਕਹਿ ਲੋ ਵੀ ਜੇ ਸਾਨੂੰ ਦਿਨ ਚ 2 ਕੈਲਰੀਜ਼ ਦੀ ਲੋੜ ਆ ਸੀ ਤਿੰਨ ਖਾ ਜਾਣੇ ਆ ਵੀ ਲੋੜ ਤੋਂ ਵੱਧ ਭੋਜਨ ਖਾਣੇ ਉਹ ਸਾਡੇ ਸਰੀਰ ਚ ਵਾਧੂ ਚਰਬੀ ਦੇ ਰੂਪ ਚ ਜਮਾ ਹੁੰਦਾ ਤੇ ਇੱਕ ਸਾਡਾ ਜਦੋਂ 30 ਤੋਂ ਉੱਪਰ ਸਾਡੀ ਉਮਰ ਜਾਂਦੀ ਸਾਡਾ ਜਿਹੜਾ ਮੈਟਾਬੋਲਿਜ਼ਮ ਸਾਡਾ ਮੈਟਾਬੋਲਿਕ ਰੇਟ ਉਹ ਸਲੋ ਪੈਣਾ ਸ਼ੁਰੂ ਹੋ ਜਾਂਦਾ ਘਟਦਾ ਮੈਂ ਤੁਹਾਨੂੰ ਸੌਖੀ ਭਾਸ਼ਾ ਚ ਦੱਸਦਾ ਵੀ ਹੁੰਦਾ ਕੀ ਆ ਭੋਜਨ ਪਚਣ ਤੋਂ ਬਾਅਦ ਜਿਹੜੀ ਏਨਰਜੀ ਬਣਦੀ ਉਹਨੂੰ ਜਿਹੜੇ ਤਰੀਕੇ ਨਾਲ ਉਹਨੂੰ ਵਰਤਿਆ ਜਾਂਦਾ ਯੂਟਿਲਾਈਜ਼ ਹੁੰਦੀ ਸਾਡੇ ਸਰੀਰ 'ਚ ਏਨਰਜੀ ਇਹ ਸਾਰੀ ਪ੍ਰਕਿਰਿਆ ਨੂੰ ਅਸੀਂ ਮੈਟਾਬੋਲਿਜ਼ਮ ਕਹਿ ਦਿੰਨੇ ਆ ਤੇ 30 ਤੋਂ ਬਾਅਦ ਮੈਟਾਬੋਲਿਜ਼ਮ ਸਾਡਾ ਮੈਟਾਬੋਲਿਕ ਰੇਟ ਘਟਣਾ ਸ਼ੁਰੂ ਹੋ ਜਾਂਦਾ ਜਿਹਦੇ ਨਾਲ ਸਾਨੂੰ ਚਾਹੀਦਾ ਵੀ ਭੋਜਨ ਦੀ ਮਾਤਰਾ ਵੀ ਅਸੀਂ ਲਿਮਟਿਡ ਕਰੀਏ ਇਹਨੂੰ ਘਟਾਈਏ ਜੋ ਅਸੀਂ ਪਹਿਲਾਂ ਖਾਂਦੇ ਰਹੇ ਆ ਉਹ ਚੀਜ਼ਾਂ ਸਾਨੂੰ ਘੱਟ ਕਰਨੀਆਂ ਚਾਹੀਦੀਆਂ ਸੋਈ ਵੀ ਮੋਟਾਪੇ ਦਾ ਕਾਰਨ ਬਣਦੀ ਸਾਡਾ ਮੈਟਾਬੋਲਿਕ ਰੇਟ ਘਟਣ ਦਾ ਤਾਂ ਉਹ ਜਿਹੜਾ ਵਾਧੂ ਭੋਜਨ ਜਿਹੜਾ ਅਣਪਾਜਿਆ ਉਹ ਚ ਦੇ ਰੂਪ ਚ ਸਾਡੇ ਜਮਾ ਹੁੰਦਾ ਰਹਿੰਦਾ ਸਾਡਾ ਪੇਟ ਵੱਧਦਾ ਜਿਹਦੇ ਨਾਲ ਮਟਾਪਾ ਆਉਂਦਾ ਬਾਕੀ ਜੈਨਟਿਕ ਕਾਰਨ ਹੋ ਸਕਦੇ ਆ ਹਜ਼ਾਰਾਂ ਸਾਲਾਂ ਪਹਿਲਾਂ ਜਿਹੜੇ ਸਾਡੇ ਪੁਰਖੇ ਸੀਗੇ ਕੀ ਹੁੰਦਾ ਸੀ ਵੀ ਭੋਜਨ ਦੀ ਬੜੀ ਕਮੀ ਹੁੰਦੀ ਸੀਗੀ ਉਹਨਾਂ ਨੂੰ ਕਦੇ-ਕਦੇ ਹੀ ਭੋਜਨ ਮਿਲਦਾ ਸੀ ਜਦੋਂ ਮਿਲਦਾ ਸੀ ਉਹ ਇੱਕੋ ਦਾਮ ਰੱਜ ਕੇ ਖਾ ਲੈਂਦੇ ਸੀ ਤਾਂ ਸਾਡੇ ਪੇਟ ਦੇ ਵਿੱਚ ਕਾਰ ਇੱਥੇ ਚਰਬੀ ਦੇ ਰੂਪ ਚ ਇਕੱਠਾ ਹੋ ਜਾਂਦਾ ਸੀ ਤੇ ਇਹਨੂੰ ਹੌਲੀ-ਹੌਲੀ એનર્ਜੀ ਨੂੰ ਮਤਲਬ ਯੂਟਿਲਾਈਜ਼ ਕਰਦੇ ਰਹਿੰਦੇ ਸੀਗੇ ਉਹਨੂੰ ਭੋਜਨ ਨੂੰ ਚਰਬੀ ਨੂੰ ਵਰਤਦੇ ਰਹਿੰਦੇ ਸੀ ਹੁਣ ਉਹੀ ਚੀਜ਼ਾਂ ਹੁਣ ਚੱਲੀਆਂ ਆ ਰਹੀਆਂ ਜਦੋਂ ਅਸੀਂ ਵੱਧ ਭੋਜਨ ਖਾ ਲੈਨੇ ਆ ਲੋੜ ਤੋਂ ਵੱਧ ਖਾਣੇ ਆ ਤਾਂ ਸਾਡੇ ਪੇਟ 'ਚ ਹੀ ਇੱਥੇ ਜਮਾ ਹੁੰਦਾ ਚਰਬੀ ਦੇ ਰੂਪ ਦੇ ਵਿੱਚ ਸੋ ਬਾਕੀ ਜੈਨੈਟਿਕ ਜੇ ਸਾਡੇ ਪਿਓ ਦਾਦਿਆਂ ਨੂੰ ਸੀਗਾ ਮਟਾਪਾ ਤਾਂ ਸਾਨੂੰ ਹੋਣਾ ਹੀ ਹੋਣਾ ਜੇ ਅਸੀਂ ਸਹੀ ਮਤਲਬ ਆਪਦੇ ਜਿਹੜੇ ਅੱਗੇ ਤਰੀਕੇ ਗੱਲ ਕਰਾਂਗੇ ਜੇ ਉਹਨਾਂ ਦੇ ਉਸ ਰਾਹ ਤੇ ਨਹੀਂ ਚੱਲਾਂਗੇ ਤੇ ਬਾਕੀ ਸਟ੍ਰੈਸ ਧਮਾਗੀ ਭੋਜ ਇਹ ਵੀ ਬਹੁਤ ਮਤਲਬ ਅਹਿਮ ਰੋਲ ਆਏਦਾ ਸਾਡੇ ਮੋਟਾਪਾ ਹੋਣ ਚ ਇਹਦੇ ਨਾਲ ਸਾਡਾ ਇਨਸੂਲਿਨ ਦਾ ਲੈਵਲ ਡਾਊਨ ਜਾਂਦਾ ਹੈ 슈ਗਰ ਦਾ ਲੈਵਲ ਉੱਪਰ ਜਾਂਦਾ ਹੈ ਜਿਹੜਾ ਸਾਡੇ ਚਰਬੀ ਜਮਾ ਹੁੰਦੀ ਆ ਤੇ ਬਾਕੀ ਇੱਕ ਨਾ ਸਾਡੇ ਸਰੀਰ ਚ ਹੁੰਦਾ ਲੈਪਟਿਨਾਂ ਦਾ ਪਦਾਰਥ ਇਹ ਸਾਨੂੰ ਦੱਸਦਾ ਜਦੋਂ ਅਸੀਂ ਭੋਜਨ ਖਾਣੇ ਵੀ ਤੁਹਾਡਾ ਪੇਟ ਭਰ ਚੁੱਕਾ ਹੈ ਬਸ ਕਰੋ ਇਹਦੀ ਘਾਟ ਕਰਕੇ ਵੀ ਸਾਨੂੰ 슈ਗਰ ਮਤਲਬ ਮੋਟਾਪਾ ਆ ਜਾਂਦਾ ਹੈ ਕਿਉਂਕਿ ਜਦੋਂ ਇਹ ਘਟਦਾ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕਿੰਨਾ ਖਾ ਲਿਆ ਸੀ ਵੱਧ ਖਾ ਜਾਂਦੇ ਆ ਇੱਕ ਸਟੈਡੀ ਸਿਗਨਲ ਹੁੰਦਾ ਸਾਡੇ ਦਿਮਾਗ 'ਚ ਜਿਹੜਾ ਸਾਡੇ ਭੋਜਨ ਦੀ ਥੈਲੀ ਤੋਂ ਦਿਮਾਗ ਤੱਕ ਇੱਕ ਸਿਗਨਲ ਜਾਂਦਾ ਏ ਜਿਹੜਾ ਸਿਗਨਲ ਸਾਡੇ ਦਿਮਾਗ ਨੂੰ ਦੱਸਦਾ ਵੀ ਪੇਟ ਭਰ ਚੁੱਕਾ ਹੁਣ ਬਸ ਕਰੋ ਪਰ ਉਹ ਸਿਗਨਲ ਦਿਮਾਗ ਤੱਕ ਪਹੁੰਚਦੇ ਪਹੁੰਚਦੇ ਘੱਟੋ-ਘੱਟ 30 ਮਿੰਟ ਲੈਂਦਾ ਏ ਤੇ ਉਹ ਅਸੀਂ ਜਦੋਂ ਭੋਜਨ ਫਾਸਟ-ਫਾਸਟ ਖਾ ਜਾਂਦੇ ਤੇਜ਼-ਤੇਜ਼ ਖਾਂਦੇ ਆ ਤਾਂ ਅਸੀਂ 30 ਮਿੰਟ ਤੋਂ ਪਹਿਲਾਂ ਹੀ ਖਾ ਜਾਂਦੇ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਇੰਨਾ ਭੋਜਨ ਖਾ ਲਿਆ ਅਸੀਂ ਸੋ ਇਹ ਵੀ ਇੱਕ ਕਾਰਨ ਰਹਿੰਦਾ ਏ ਸਾਡੇ ਮਤਲਬ ਮੋਟਾਪੇ ਦਾ ਸੋ ਸਾਨੂੰ ਭੋਜਨ ਹਮੇਸ਼ਾ ਸਲੋ ਸਲੋ ਖਾਣਾ ਚਾਹੀਦਾ ਤਾਂ ਜੋ ਸਹੀ ਤਰੀਕੇ ਨਾਲ ਜਿਹੜਾ ਉਹ ਸਿਗਨਲ ਉਹ ਦਿਮਾਗ ਨੂੰ ਪਹੁੰਚ ਸਕੇ ਤੇ ਬਾਕੀ ਕੁਝ ਕਿ ਦਵਾਈਆਂ ਵੀ ਆ ਜਿਹੜੀਆਂ ਸਾਡੇ ਮੋਟਾਪੇ ਦਾ ਕਾਰਨ ਬਣਦੀਆਂ ਕੁਝ ਕਿ ਆਪਣੇ ਡਿਪਰੈਸ਼ਨ ਦੀਆਂ ਦਿਮਾਗੀ ਬਿਮਾਰੀਆਂ ਦੀਆਂ ਦਵਾਈਆਂ ਹੋ ਗਿਆ ਫਿਰ ਅਸਥਮਾ ਤੋਂ ਜਿਹੜੀਆਂ ਦਵਾਈਆਂ ਅਸੀਂ ਖਾਨੇ ਆ ਫਿਰ ਕਈ ਸਟੀਰੋਇਡ ਮੈਡੀਸਨ ਇਦਾਂ ਦੀਆਂ ਜਿਹੜੀਆਂ ਸਾਡੇ ਸਰੀਰ 'ਚ ਮੋਟਾਪਾ ਲਿਆਉਂਦੀਆਂ ਏ ਮਤਲਬ ਹਾਂਜੀ ਡਾਕਟਰ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਲੋਕ ਇਸ ਤਰ੍ਹਾਂ ਦੇ ਮਿਲਦੇ ਨੇ ਜਿਹੜੇ ਕਹਿੰਦੇ ਸਾਡਾ ਲੀਵਰ ਫੈਟੀਆ OTBTT ਵਧਿਆ ਹੋਇਆ ਹੈ ਇਸ ਪਿੱਛੇ ਕੀ ਕਾਰਨ ਹੁੰਦਾ ਦੇਖੋ ਜੀ ਫੈਟੀ ਲੀਵਰ ਉਹੀ ਸਾਰਾ ਕੁਝ ਹੈਗਾ ਵੀ ਜੋ ਅਸੀਂ ਸਾਡਾ ਖਾਣਾ-ਦਾਣਾ ਹੀ ਜ਼ਿੰਮੇਵਾਰ ਹੈਗਾ ਏ ਜਿਆਦਾ ਘਿਓ ਤੇਲ ਵਾਲੀਆਂ ਚੀਜ਼ਾਂ ਬਾਕੀ ਜਿਹੜੇ ਲੋਕ ਜਿਆਦਾ ਸ਼ਰਾਬ ਪੀਂਦੇ ਆ ਸ਼ਰਾਬ ਵੀ ਜਿਆਦਾ ਪੀਣਾ ਸਾਡੇ ਲੀਵਰ ਤੇ ਮਾੜਾ ਪ੍ਰਭਾਵ ਪਾਉਂਦੀ ਆ ਅ ਵੈਸੇ ਤਾਂ ਜਿਹੜੇ ਲੋਕ ਸ਼ਰਾਬ ਪੀਂਦੇ ਉਹਨਾਂ ਨੂੰ ਬੰਦ ਹੀ ਕਰ ਦੇਣੀ ਚਾਹੀਦੀ ਆ ਜਿਨ੍ਹਾਂ ਨੂੰ ਲਿਵਰ ਦੀ ਪ੍ਰੋਬਲਮ ਆ ਗਈ ਆ ਪਰ ਜੋ ਨਹੀਂ ਵੀ ਬੰਦ ਕਰ ਸਕਦੇ ਤਾਂ ਉਹਨਾਂ ਨੂੰ ਘੱਟੋ ਘੱਟ ਜਿਹੜੇ ਵਿਗਿਆਨ ਮੰਨਦੀ ਆ ਵੀ ਦੋ ਡਰਿੰਕ ਲੈ ਸਕਦੇ ਆ ਅਸੀਂ ਦਿਨ ਚ ਜੇ ਤੂੰ ਵੱਧ ਲਵਾਂਗਾ ਤੇ ਉਹ ਸਾਡੇ ਲਿਵਰ ਨੂੰ ਡੈਮੇਜ ਕਰਦੀ ਆ ਲਿਵਰ ਦਾ ਪਹਿਲਾਂ ਫੈਟੀ ਲਿਵਰ ਹੋ ਜਾਂਦਾ ਫਿਰ ਫਾਈਬਰੋਸਿਸ ਸਰੋਸਿਸੀ ਹੋ ਜਾਂਦਾ ਉਸ ਤੋਂ ਬਾਅਦ ਲਿਵਰ ਬੈਕ ਪੋਜੀਸ਼ਨ ਤੇ ਨਹੀਂ ਆ ਪਉਂਦਾ ਸੋ ਸ਼ਰਾਬ ਦੀ ਮਾਤਰਾ ਵੀ ਸਾਨੂੰ ਲਿਮਟਿਡ ਕਰਨੀ ਚਾਹੀਦੀ ਆ ਤੇ ਬਾਕੀ ਇਹਦੇ ਇਲਾਜ ਲਈ ਸਾਨੂੰ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਏ ਇਹ ਵੀ ਸਾਡੇ ਲਿਵਰ ਨੂੰ ਸਾਫ ਕਰਦਾ ਤਰਲ ਪਦਾਰਥਾਂ ਨੂੰ ਜਿਆਦਾ ਜਿਆਦਾ ਲੈਣੇ ਚਾਹੀਦੇ ਘੱਟੋ ਘੱਟ ਦਿਨ ਚ 8 ਤੋਂ 10 ਗਲਾਸ ਪੀਣਾ ਚਾਹੀਦਾ ਬਾਕੀ ਗ੍ਰੀਨ ਟੀ ਆ ਇਹ ਵੀ ਸਾਡੇ ਲਿਵਰ ਨੂੰ ਸਾਫ ਕਰਨ ਦੀ ਤਾਕਤ ਰੱਖਦੀ ਬਲੈਕ ਟੀ ਬਲੈਕ ਕਾਫੀ ਤੇ ਬਾਕੀ ਲਸਣ ਲਸਣ ਦੀ ਜੇ ਗੱਲ ਕਰੀਏ ਇਹ ਬਹੁਤ ਵਧੀਆ ਗਣਕਾਰੀ ਜੜੀ ਬੂਟੀ ਆ ਜਿਹੜੀ ਸਾਡੇ ਲਿਵਰ ਨੂੰ ਸਾਫ ਕਰਦੀ ਆ ਇਹਦੇ ਚ ਇੱਕ ਐਲੀਸਨ ਨਾਂ ਦਾ ਪਦਾਰਥ ਹੁੰਦਾ ਜਿਹੜੇ ਸਾਡੇ ਲਿਵਰ ਨੂੰ ਸਾਫ ਕਰਦਾ ਸੋ ਰੋਜ਼ਾਨਾ ਸਾਨੂੰ ਦਿਨ ਚ ਸਵੇਰੇ ਦੋ ਕਲੀਆਂ ਜਿਹੜੀਆਂ ਲਸਣ ਦੀਆਂ ਪਾਣੀ ਦੇ ਨਾਲ ਚਬਾ ਕੇ ਲੈਣੀਆਂ ਚਾਹੀਦੀਆਂ ਇਹ ਵੀ ਸਾਡੇ ਲੀਵਰ ਨੂੰ ਸਾਫ਼ ਕਰਦੀ। ਬਾਕੀ ਖੱਟੇ ਫਰੂਟ ਆਗੇ ਜਿਵੇਂ ਸੰਤਰਾ ਕਿਨੂ ਮਸੰਮੀ ਇਹ ਵੀ ਸਾਡੇ ਲੀਵਰ ਨੂੰ ਸਾਫ਼ ਕਰਨ ਦੀ ਤਾਕਤ ਰੱਖਦੇ ਆ। ਬਾਕੀ ਹਲਦੀ ਵੀ ਸਾਡੇ ਲੀਵਰ ਲਈ ਬੜੀ ਵਧੀਆ ਏ। ਇਹ ਵੀ ਸਾਡੇ ਲੀਵਰ ਨੂੰ ਡੀਟੌਕਸੀਫਾਈ ਕਰਦੀ ਆ ਲੀਵਰ ਨੂੰ ਸਾਫ਼ ਕਰਦੀ। ਸੋ ਇਹ ਸਨ ਸਾਡੇ ਨਾਲ ਡਾਕਟਰ ਹਰਮਨ ਜਿਨ੍ਹਾਂ ਨੇ ਤੁਹਾਨੂੰ ਵੱਖ-ਵੱਖ ਬਿਮਾਰੀਆਂ ਦੇ ਹੋਣ ਦੇ ਕਾਰਨ ਦੱਸਿਆ ਤੇ ਉਹਨਾਂ ਦੇ ਇਲਾਜ ਵੀ ਦੱਸੇ ਨੇ ਸੋ ਤੁਸੀਂ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ